ਸ਼੍ਰੀਕਾਲ, ਕਰਦੇ ਵੀਡੀਓ ਦੀ ਸ਼ੁਰੂਆਤ। ਫਿਰ ਅਤੇ ਚੱਲਿਆ ਪਿੰਡ ਨੂੰ, ਟਰੈਕਟਰ ਲੈ ਕੇ ਨਾਲ ਤਵੀਆਂ ਅਤੇ ਦੂਜਾ ਬਿਆਲੀ ਮਗਰ ਪਾਈਆਂ ਟਰਾਲੀ। ਉਹਦੇ ਪੈਪ ਜੀ ਲੀਕ ਹੋ ਗਈ ਜੀ, ਕੱਲ੍ਹ ਵਿੱਚ ਹੀ ਰੁਕ ਗਿਆ ਸੀ ਆਲੂਆਂ ਦਾ ਕੰਮ, ਅਤੇ ਤਾਂ ਕਰਕੇ ਚੱਕਰ ਪੈ ਗਿਆ। ਨਹੀਂ ਤਾਂ ਟਰੈਕਟਰ ਟਰਾਲੀ ਰਾਤ ਜਾ ਬਣਨਾ ਸੀ ਇੱਕ, ਅਤੇ ਬਾਕੀ ਚਲੋ ਫਿਰ ਵੀ ਕੋਈ ਚੱਕਰ ਨਹੀਂ। ਲੈਫਟ ਵਾਲੀ ਉਹਦੀ ਪੈਪ ਲੀਕ ਹੋਈ, ਜਿਹੜੀ ਟਰਾਲੀ ਵਾਲੀ ਹੁੰਦੀ ਹੈ ਨਾ, ਉਹ ਜੜ ਜੇ ਤਾਂ ਲੀਕ ਹੋ ਗਈ। ਉਹਨੇ ਕੰਮ ਖੜਾ ਤਾ ਸਮਾਂ ਦੀ, ਟੈਂਕੀ ਖੋਲ੍ਹ ਕੇ ਫਿਰ ਉਹ ਕਸਣੀ ਪਈ। ਉਹ ਵੈਸੇ ਤਾਂ ਉਹ ਛੇਤੀ ਲੀਕ ਹੁੰਦੀ ਨੀਗੀ, ਪਰ ਬੰਦਿਆਂ ਨੇ ਪੈਰ ਪੂਰ ਰੱਖਦਾ ਪੈਪ 'ਤੇ, ਪਤਾ ਨਹੀਂ ਕਿਵੇਂ ਚੱਕਰ ਪੈ ਗਿਆ ਸੀਗਾ। ਅਤੇ ਬਾਕੀ ਇਹ ਟਰੈਕਟਰ ਲੈ ਕੇ ਆਉਣਾ ਪਾਲੀ ਨੇ, ਅਤੇ ਉਹਦੇ ਤੱਕ ਪਹੁੰਚਾਉਣਾ ਇਹਨੂੰ, ਅਤੇ ਬਾਕੀ ਵੱਢਣਾ ਝੋਨਾ ਫਿਰ ਪਿੰਡ। ਅੱਜ ਚੱਲਦੇ ਆ, ਮੈਂ ਦਿਖਾਉਂਦਾ ਕੰਮ ਕਿਵੇਂ ਚੱਲਦਾ ਪਿੰਡ। ਅਤੇ ਆ ਗਏ ਖੇਤ ਇੱਧਰ, ਅਤੇ ਮੇਰੀ ਡਿਊਟੀ ਥੋੜ੍ਹੀ ਲੁਧਿਆਣੇ ਸੀਗੀ, ਕੰਮ ਸੀਗਾ। ਅਤੇ ਇਹ 'ਚ ਕਟੋਲੀ ਹੈਗੀ, ਇਹ ਛੜਾ ਲਿਆ ਸੀ ਅੱਡ 'ਚ 3 ਕੇੜੇ, ਅਤੇ ਉੱਧਰ ਵੀ ਬੈਠਾ ਜਿਹਾ ਪਿਆ ਸੀ ਝੋਨਾ, ਅਤੇ ਇੱਧਰਲੇ 2.5 ਕਿੱਲੇ ਵੱਢੇ ਹੈਗੇ, ਅਤੇ ਘਰਾਂ ਕੋਲੋਂ ਵੀ ਵੱਢਿਆ ਹੈ। ਅਤੇ ਹੋਰ ਫਿਰ ਕਿਵੇਂ ਆ? ਚੱਲ ਤੈਨੂੰ ਵਧਾਈਆਂ, ਇਹ ਤਾਂ ਬਚ ਗਿਆ ਤੂੰ ਵੱਧਣਾ। ਠੀਕ ਆ, ਬੰਦਾ ਠੀਕ ਆ? ਉਹ ਚੱਕਰ ਕੀ ਸੀਗਾ, ਜਿਹੜੀ ਮਸ਼ੀਨ ਸੀ ਇਹ ਦੂਜੀ ਸਾਈਡ ਨੂੰ ਪਲਟ ਗਈ ਸੀ ਖਾੜੇ, ਰਾਹ 'ਤੇ ਸੇਮ ਸੀਗੀ ਉੱਥੇ, ਅਤੇ ਪਤਾ ਨਹੀਂ ਕਿੱਦਾਂ ਡਰਾਈਵਰ ਚਲਾਉਂਦਾ ਸੀ ਕਾਕੇ ਦਾ, ਅਤੇ ਕਹਿੰਦਾ ਮਸ਼ੀਨ ਖਿੱਚ ਕੇ ਲੈ ਗਈ, ਪਤਾ ਨਹੀਂ ਕਿੱਦਾਂ ਕਟਾਈ ਨਹੀਂ ਲਈ ਇਹਨੇ, ਅਤੇ ਕਟਰ ਲਾਇਆ ਹੋਇਆ ਸੀ ਉਹ ਟਰੈਕਟਰ ਮਗਰ ਲੈ ਕੇ ਆਉਂਦੇ ਸੀ, ਉਹ ਰਾਹ ਥੋੜ੍ਹਾ ਤੰਗ ਸੀ, ਅਤੇ ਮਸ਼ੀਨ ਜਾਣੀ ਨੁਕਸਾਨ ਤੋਂ ਬਚ ਗਈ, ਟੇਢੀ ਹੋ ਗਈ ਸੀਗੀ, ਖਾਲਾ ਸੀਗਾ ਦੂਜਾ ਆਪਣੇ ਸੇਮ ਸੀਗੀ, ਵਿੱਚ ਉਹਦੇ ਬੂਟੀ ਜੀ ਸੀ, ਵਿੱਚ ਪਾਣੀ ਕਰਕੇ ਨਾ ਪੋਲਾ ਗੱਦੇ ਵਾਲਾ ਕੰਮ ਕਰ ਗਈ ਬੂਟੀ, ਜਾਣੀ ਮਸ਼ੀਨ ਨੁਕਸਾਨ ਤੋਂ ਬਚ ਗਈ, ਪਰ ਟੇਢੀ ਹੋ ਗਈ ਸੀ ਬੱਕੀ ਪਰ ਨੇ। ਅਤੇ 2 ਕਰੇਨਾਂ ਨਾਲ ਫਿਰ ਕੱਢੀ ਰਾਤ ਨੂੰ, ਉਦਣ ਹੋ ਗਏ 5-6 ਦਿਨ, ਅਤੇ ਚਲੋ ਜਾਣੀ ਸੱਟ ਤੋਂ ਬਚ ਗਏ, ਵੱਡੀ ਗੱਲ ਤਾਂ ਸੀ ਵੀ ਨੁਕਸਾਨ ਹੁਣ ਉਹ ਬਚ ਗਿਆ, ਲੋਹੇ ਲਾਹੇ ਦਾ ਤਾਂ ਕੰਮ ਚੱਲੀ ਜਾਂਦਾ ਹੁੰਦਾ, ਅਤੇ ਮਸ਼ੀਨ ਚੱਲਦੀ ਹੈ ਪੂਰੀ ਟਿਕਾ ਨਾਲ। ਅਤੇ ਇੱਥੇ ਜੇ ਥੋੜ੍ਹਾ ਜਿਹਾ ਬੈਠਾ ਜਿਹਾ ਸੀ ਵਿਚਾਲੇ ਝੋਨਾ, ਤਾਂ ਕਰਕੇ ਇਹਨੂੰ ਹੁਣ ਵੱਢਦੇ ਟਿਕਾ ਕੇ, ਅਤੇ ਪਾਣੀ ਲੱਗੇ ਨੂੰ ਤਾਂ ਵੈਸੇ ਬਹੁਤ ਦਿਨ ਹੋ ਗਏ ਇਹਨੂੰ। ਦੇ ਤਾਂ ਹੈਗੀ ਗੱਲ ਗੁੱਲ ਕਿ ਨਹੀਂ ਖੇਤ 'ਚ ਨਿਕਲਿਆ ਹੋਊਗੀ ਨਾ ਪੱਕਾ? ਪਤਾ ਪਰ ਦੈਨ ਤਾਂ ਵਾਲੇ ਹੋ ਗਏ ਇਹਨੂੰ, ਤਵੀਆਂ ਨੇ ਤਾਂ ਕੱਢ ਹੀ ਦੇਣੀ ਆ। ਆਲੂਆਂ ਨੂੰ ਤਾਂ ਥੋੜ੍ਹੀ ਜਿਹੀ ਚਾਹੀਦੀ ਹੁੰਦੀ ਆ, ਕਣਕ ਵਾਲੇ ਨਹੀਂ ਹੁੰਦਾ ਵਾਲਾ, ਤਾਂ ਪੋਲੀ ਹੋਈ ਜਾਵੇ ਫੱਟੀ ਜਾਣੀ ਆ, ਨਿਕਲ ਆਊਗੀ ਹੈ ਨਾ, ਨਿਕਲ ਆਊਗੀ ਗੱਲ ਤਾਂ, ਵਾਲੇ ਦਿਨ ਹੋ ਗਏ ਪਾਣੀ 'ਚ ਲੱਗੇ ਨੂੰ। ਪਾਟੀ ਨਹੀਂ ਹੁੰਦਾ ਤੇ ਤੋਂ ਨਿਕਲ ਆਊਗੀ, ਹੈਗੀ ਆ, ਜੜ ਵੀ ਗਿੱਲੀ ਆ, ਇਹਦੇ ਉੱਤੋਂ ਤਾਂ ਭੁਰ ਜੇ ਜਾਂਦੇ, ਠੀਕ ਹੈਗਾ, ਪਰ ਬਹੁਤ ਦਿਨ ਹੋ ਗਏ। ਆ ਕਟੋਲੀ ਜੀ ਕਰਕੇ ਨਹੀਂ ਲਾਇਆ ਸੀ ਮੈਂ, ਕਿਹਾ ਜੇ ਥੱਲਿਓਂ ਗਿੱਲੀ ਹੋਵੇ ਨਾ ਫਿਰ ਇਹ ਤਿਓ ਜਾਂ ਨਹੀਂ ਛੱਡਦੀ ਹੁੰਦੀ ਪਰਾਲੀ, ਹੈ ਆਹੋ ਤਾਂ ਹੀ ਪਤਾ ਸੀ ਮੈਨੂੰ ਤਾਂ ਇਹਦਾ, ਅਤੇ ਆਹ ਤਾਂ ਹੀ ਇਹਦੇ ਨਾਲ ਨਾਲ ਜਾ ਇੱਥੇ ਨਾ ਮਿੱਟੀ 'ਚ ਕਈ ਹੋਈ ਆ ਸਿਰੇ ਤੱਕ ਨਾਲ ਨਾਲ, ਤਾਂ ਮੈਂ ਛੜਾਤਾ ਇੱਧਰ ਤੋਂ 3 ਕੇੜੇ, ਮੈਂ ਕਿਹਾ ਛੱਡ ਕੇ ਵਿਆਹ ਅੱਧੇ ਕਿੱਲੇ ਨੂੰ ਅੱਡ ਲਾ ਦਾਂਗੇ ਜੇ ਹੋਊਗਾ ਵੀ ਚੱਕਰ। ਚੱਲ ਖਾ ਲਓ ਰੋਟੀ, ਮੈਂ ਤੁਸੀਂ ਤਾਂ ਖਾਓ। ਅੱਜ ਗਣੇਸ਼ ਦੀ ਡਿਊਟੀ ਇੱਥੇ ਪਿੰਡ, ਅਤੇ ਬਾਕੀ ਬਾਸਮਤੀ ਦੇਖ ਸਕਦੇ ਹਾਂ ਕਿੱਦਾਂ ਦਾ ਰੁਝਾਨ ਹੈ ਇਹਦਾ। ਜਿਹੜੀ ਆਪਣੀ ਧੁੱਪ ਵਾਲੀ ਮੋਟਰ 'ਤੇ ਆ ਉਹ 'ਚ ਆਹ ਚੀਜ਼ ਜ਼ਿਆਦਾ ਆ, ਫੂਜ ਆ ਅਤੇ ਫੋਕ ਆ ਜਿਹੜੀ, ਅਤੇ ਇਹ ਹਫ਼ਤਾ ਪਹਿਲਾਂ ਲੱਗ ਗਈ ਸੀਗੀ, ਅਤੇ ਇਹ ਮਹੀਨੇ ਤੋਂ ਅੰਦਰ ਅੰਦਰ ਲੱਗ ਗਈ ਸੀ ਪਨੀਰੀ ਵੀ, ਅਤੇ ਉਹ ਪਨੀਰੀ ਜਾਣੀ 2-3 ਦਿਨ ਮਹੀਨੇ ਤੋਂ ਜਾਣੀ 4 ਦਿਨ ਉੱਪਰ ਚਲੀ ਗਈ ਸੀ। ਖਾਇਆ ਰੋਟੀ? ਖਾਇਆ? ਇਹ 'ਚੋਂ ਵੀ ਗੇੜੇ ਵੱਢ ਲਈ, ਇਹ 'ਚ ਜਿੰਨਾ ਕੁ ਪੈਂਦਾ ਹੋਇਆ ਭਰ ਜੂਗੀ ਇੱਧਰੋਂ ਹੀ, ਉਹ ਜਿਹੜਾ ਹਰਾ ਹਰਾ ਜਿਹਾ ਛੱਡਦੀ ਉਹ ਅੱਡ ਵੱਢ ਲੱਗਦੇ ਕਿੱਲੇ ਨਾਲ, ਠੀਕ ਆ। ਇਹ ਢਿੱਗਿਆ ਜਿਹਾ ਕਰਕੇ ਘੇਰਾ ਇਹਨੇ ਅੱਡ ਵਗੜ ਲਿਆ, ਅਤੇ ਗਟੋਲੀ ਜੀ ਇਹ 'ਚ ਬਹੁਤ ਜ਼ਿਆਦਾ ਸੀ, ਪਰ ਮਸ਼ੀਨ ਦੇ ਮੂਹਰੇ ਹੁਣ ਬਿਲਕੁਲ ਨਹੀਂ ਉੱਡਦੀ,
ਅਤੇ ਸਵਾਦ ਹੀ ਬਹੁਤ ਜ਼ਿਆਦਾ ਸੀ ਪਹਿਲਾਂ ਇਹ 'ਚ, ਅਤੇ ਝੋਨਾ ਥੱਲਿਓ ਦੁੱਕਾ ਹੋਣ ਕਰਕੇ ਆਪਣਾ ਖੇਤ ਆ, ਅਤੇ ਆਲੂ ਬੀਜਣਾ ਕਰਕੇ ਆਪਾਂ ਸੁਕਾ ਲਿਆ ਸੀ ਇਹਨੂੰ, ਵੀ ਗਿੱਲ ਗੁੱਲ ਜੀ ਇਹਦੀ ਕੱਢ ਲਵਾਂਗੇ ਬਾਅਦ 'ਚ ਵਾਹ ਵੂ ਕੇ ਜੇ, ਵੀ ਕਿਹੜਾ ਝੋਨਾ ਵੱਢਿਆ ਜਾ ਵਧੀਆ, ਜੇ ਗਿੱਲਾ ਹੁੰਦਾ ਇਹੀ ਵਾਹਣ ਥੱਲਿਓਂ ਅਤੇ ਝੋਨੇ ਨੇ ਨਰਵਾਈ ਛੱਡਣੀ ਨਹੀਂ ਸੀ, ਅਤੇ ਹੁਣ ਇਹ ਮੈਲਾ ਦਾ 14-15 ਮੋਚਰ ਇਹਦਾ ਹੋਣਾ ਨਹੀਂ ਖੇਤ ਦਾ, 14 ਜਣੀ ਝੋਨੇ ਦਾ ਆਪਣੇ ਹੁੰਦਾ ਖੇਤ ਸੁੱਕਾ ਹੋਣ ਕਰਕੇ, ਜਾਣੀ ਆਹ ਬਾਸਮਤੀ ਨੇ ਤਾਂ ਬਹਿ ਜਾ ਕਰਾਤੀ ਆ, ਅਤੇ ਮੈਨੂੰ ਲੱਗਦਾ ਡਿੱਗਣ ਵਾਲਾ ਗੇੜ ਵੀ ਇਹਦਾ ਨਿਕਲ ਗਿਆ, ਕਿਉਂਕਿ ਇਹਦੀ ਹਾਈਟ ਨਾ ਵੱਡੀ ਆ ਨਾ ਛੋਟੀ ਆ, ਅਤੇ ਪੂਰੀ ਫਸੀ ਪਈ ਆ ਬਾਸਮਤੀ। ਇਹ ਹੈਗੀ 1847 ਆਪਣੀ, ਬਹੁਤ ਵਧੀਆ ਪਕਾ ਰਿਹਾ ਇਹਦਾ। ਇਹ ਝੋੜਦੀ ਆ ਨਾ, ਇਹ ਝੋੜਦੀ ਆ ਹਲਕੀ ਜੀ, ਆਹ ਬਾਸਮਤੀ ਨੂੰ ਲਾਇਆ ਸੀ ਪਾਣੀ, ਇੱਧਰ ਟੁੱਟ ਗਿਆ ਸੀ ਇਹ 'ਚ, ਹਰੇ ਬਾਈ ਦਿਖਾਉਂਦੀ ਹੈ ਪਰਾਲੀ, ਅਤੇ ਇੱਧਰ ਆਪਾਂ ਪਾਣੀ ਚਾੜਤਾ ਸੀਗਾ, ਅਤੇ ਚਲੋ ਉਹਦਾ ਫਾਇਦਾ ਹੋ ਗਿਆ, ਆਹ ਕਾਂਡੀ ਜੀ ਸਾਰੀ ਉੱਡ ਗਈ, ਅਤੇ ਹੁਣ ਵੀ ਗਰਦ ਉੱਡਦੀ ਹੈ ਵਿੱਚੋਂ, ਜਾਣੀ ਉਹ ਸਵਾਜ ਹੀ ਨਹੀਂ ਉੱਡਦੀ, ਅਤੇ ਪਰ ਫਿਰ ਵੀ ਅੱਧਾ ਕਿੱਲਾ ਆਪਾਂ ਅੱਡ ਵੜਤਾ ਇਹ, ਅਤੇ ਵਿਛ ਗਿਆ ਜਮਾਂ ਥੱਲੇ ਨੂੰ, ਆਪਦੇ ਭਾਰ ਜਿਹੇ ਨੇ ਬਹਿ ਗਿਆ ਇਹ ਹੁਣ ਤਾਂ, ਅਤੇ ਬਾਕੀ ਚਲੋ ਸਵਾਜ ਹੀ ਦਾ ਸੀਗਾ ਗੋ ਆਪਣਾ, ਉਹਦਾ ਡੋਡੀ ਜੀ ਦਾ ਡਰ, ਅਤੇ ਉਹ ਝੋਨਾ ਸਾਫ਼ ਆ, ਕਿਉਂਕਿ ਇੱਕਦਮ ਮੰਡੀਆਂ ਵੈਸੇ ਜਾਮ ਹੋਈਆਂ ਹੋਈਆਂ ਵਾ, ਇੱਕ ਹੜਤਾਲ ਹੋ ਗਈ ਫੇਰ, ਹੁਣ 24 ਤਾਈਂ ਕਹੀ ਜਾਂਦੇ ਹੜਤਾਲ ਆ ਪਤਾ ਨਹੀਂ, ਅਤੇ ਜਿੱਦਣ ਖੁੱਲੂ ਹੁਣ ਪਤਾ ਲੱਗ ਜੂ, ਅਤੇ ਚੱਲ ਆਪਣਾ ਕੰਮ ਚੱਲਦਾ ਹੋ ਗਿਆ, ਆਲੂ ਵਾਲਾ ਇੱਧਰਲਾ ਖੇਤ ਵਿਹਲਾ ਹੋ ਗਿਆ, ਅਤੇ ਉੱਧਰ ਹਰਮਨ ਦੇ ਵੀ ਵੱਢਣੇ ਨਾਲ ਹੀ, ਉਹ ਵੀ ਨਿਬੜ ਜਾਣਾ ਅੱਜ, ਜਾਣੀ ਆਪਣੇ ਸੀਗੇ 9-10 ਕਿੱਲੇ ਬਣਦੇ, ਵੱਢੇ ਜਾਣੇ ਆ ਸਾਰੇ ਟਾਈਮ ਨਾਲ ਹੀ, ਅਤੇ ਕਾਕਾ ਆਇਆ ਸੀ ਸਵੇਰੇ ਮਸ਼ੀਨ ਲੈ ਕੇ, ਅਤੇ ਸ਼ਾਮ ਨੂੰ ਇਹਨੇ ਵਾਪਸੀ ਕਰ ਲੈਣੀ ਹੈ ਖਾੜੇ, ਅਤੇ ਉਦੋਂ ਬਾਅਦ ਫਿਰ ਬਾਸਮਤੀ ਦੇਖਦੇ ਹਾਂ, 10 ਤਰੀਕ ਜਾਂ 15 ਤਾਈਂ ਆਉਂਦੀ ਆ, ਹਜੇ ਤਾਂ ਹਰੀ ਪਈ ਆ ਪੂਰੀ, ਅਤੇ ਪਿੰਡ ਤਾਂ ਲੇਟ ਆ ਮਤਲਬ ਬਾਸਮਤੀ ਵੱਢਣ ਦਾ ਕੰਮ ਹੁਣ, ਅਤੇ ਖਾੜੇ ਵੱਢਾਂਗੇ ਫਿਰ 2-4 ਤਰੀਕ ਤਾਈਂ ਵੱਢਾਂਗੇ, ਝੋਨਾ ਜਿਹੜਾ 26 ਰਹਿੰਦਾ ਵਾ ਉਹਨੂੰ ਵੀ ਸਵਾਦ ਹੀ ਕਾਫੀ ਆ, ਅਤੇ ਉਹਨੂੰ ਵੀ ਫਿਰ ਇੱਦਾਂ ਸੁਕਾ ਲਵਾਂਗੇ ਥੋੜ੍ਹਾ ਜਿਹਾ ਉਹਦਾ, ਕਿਉਂਕਿ ਹੁਣ ਇਦੂਆਂ ਪੈਲੀ ਸੁੱਕਣਾ ਵੀ ਨਹੀਂ ਮੂੰਹ ਜਿਹਾ, ਕਿਉਂਕਿ ਦਿਨ ਠੰਡੇ ਹੋ ਜਾਣੇ ਆ ਹੁਣ, ਅਤੇ ਹਜੇ ਤਾਂ ਹੀ ਤਾਂ ਦਿਨ ਕੈੜੀ ਚੱਲਦੇ ਆਏ ਆ ਇਸ ਵਾਰ, ਅਤੇ ਬਾਕੀ ਹੁਣ ਆਪ ਆ ਕੇ ਪਤਾ ਲੱਗੂ ਪੈਲੀ ਇਹ 'ਚੋਂ ਕਿਵੇਂ ਗਿੱਲ ਗੁੱਲ ਬਣਦੀ ਆਲੂਆਂ ਲਈ। ਰੀਪਰ ਪਾ ਲਿਆ ਨਿੰਦੀ ਵਾਲਾ, ਫਿਰ ਲੱਗਿਆ ਕੰਮ ਚਲਾਉਣ, ਫਿਰ ਹੁਣ ਇਹ ਕਾਕਾ ਕਹਿੰਦਾ ਮੈਂ ਦਿੰਦਾ ਸੈੱਟ ਕਰਕੇ, ਇਹਦੇ ਕੋਲ ਵੀ ਜੌਂਡੀਆਰ ਆ ਨਾ, ਅਤੇ ਇਹ ਕਹਿੰਦਾ ਮੈਂ ਦਿੰਦਾ ਤੁਹਾਨੂੰ ਡੰਡਾ ਡੁੰਡਾ ਸੈੱਟ ਕਰਕੇ, ਅਤੇ ਰੀਪਰ ਪਾ ਲਿਆ ਇੱਥੋਂ ਖਾੜੇ, ਉਹ ਲਿਆਏ ਨਹੀਂ ਆਪਣੇ ਵਾਲਾ, ਅਤੇ ਉਹ ਰਹਿ ਗਿਆ ਘੇਰਾ ਹਰਮਨ ਵਾਲਾ, ਵੱਢਦੇ ਹਾਂ ਹੁਣ, ਬਾਕੀ ਚੱਕਾ ਬਸ ਉੱਧਰਲੀ ਲਿੰਕ ਪਰੇ ਕਰਦੇ ਪਹਿਲਾਂ, ਉਹ ਲਿੰਕ ਬਾਹਰ ਕਰਕੇ, ਉਹ ਵੀ ਕਾਹ ਦੇ ਲਿੰਕ ਬਾਹਰ ਕਰਦੇ, ਫਿਰ ਬਾਅਦ 'ਚ ਢਿੱਲਾ ਹੋ ਜਾਣਾ ਇਹਨੇ, ਮਾੜਾ ਮੋਟਾ ਤਾਂ ਚੱਲ ਵੀ ਜਾਂਦਾ, ਹੁਣ ਇੱਥੇ ਲਿਫਟ ਚੱਕਣੀ ਪੈਂਦੀ ਹੁੰਦੀ ਆ, ਬਾਹਰ ਗੋਲੀ ਖਿੱਚ ਕੇ ਨਾਲ ਲਾ ਦੇ ਨਾ ਲਿੰਕ, ਗਾਹ ਬਾਹਰ ਖਿੱਚ ਕੇ ਲਾ ਦੇ ਆਏ, ਚੱਲ ਹੁਣ ਕਾਹ ਚੱਲ, ਇਹ ਹੈ ਵੀ ਸਿੰਗਲ ਕਲੱਚ ਆ, ਵੱਢ ਦੂੰਗਾ ਬਹੁਤ ਆ, ਚੱਲ ਆ ਜਾ ਦੇਖ ਕਿਵੇਂ ਚੱਲਦਾ।